तू मैनू चक लैंदा रब्बा, मेरे पुत दी जान बख्श दिंदा। उठ वीरे, उठ वीरे। की करा मैं तेरियां डिग्रियां दा, की करा मैं, तू तो मैनू छड के चला गया। आ देख लो लोको, मेरे पुत दियां डिग्रियां, मेरे पुत दे सर्टिफिकेट। ਹੁਣ ਮੈਂ ਕੀ ਕਰਨਾ ਨਾ ਸਰਟੀਫਿਕੇਟਾਂ ਦਾ। ਚੱਲ ਉੱਠਣ, ਘਰਾਂ ਨੂੰ ਚਲੀਏ, ਕਿੱਥੇ ਸੋਚੀ ਜਾਵੇਗਾ। ਯਾਰ ਟੋਨੀ, ਪਤਾ ਨਹੀਂ ਮੇਰੇ ਦਿਲ ਨੂੰ ਕੀ ਹੋਈ ਜਾਂਦਾ, ਮੈਨੂੰ ਐਵੇਂ ਕਿਉਂ ਲੱਗ ਰਿਹਾ ਜਿਵੇਂ ਮੇਰੇ ਸਰੀਰ ਨਾਲ ਇੱਕ ਅੰਗ ਟੁੱਟ ਗਿਆ ਹੋਵੇ। ਬਲਕਾਰ ਦੀ ਮੌਤ ਤੋਂ ਬਾਅਦ ਉਸਦੇ ਘਰ ਵਾਲਿਆਂ ਦਾ ਕੀ ਬਣੂ, ਕਿਵੇਂ ਜਿਉਣਗੇ ਉਹ? ਇਹ ਸੋਚਣਾ ਤੇਰਾ ਕੰਮ ਨਹੀਂ, ਪਰਮਾਤਮਾ ਦਾ ਹੈ। ਜੇ ਪਰਮਾਤਮਾ ਨੇ ਉਹਨੂੰ ਦੁੱਖ ਦਿੱਤੇ ਆ ਤਾਂ ਚੱਲਣ ਦੀ ਹਿੰਮਤ ਵੀ ਦਊਗੀ। ਰੱਬ ਖੁਦ ਥੋੜ੍ਹੀ ਆਵੇਗਾ, ਉਹ ਤਾਂ ਕਿਸੇ ਨਾ ਕਿਸੇ ਦੇ ਜ਼ਰੀਏ ਆਵੇਗਾ, ਅਤੇ ਹੋ ਸਕਦਾ ਉਹ ਜ਼ਰੀਆ ਅਸੀਂ ਹੋਈਏ। ਤੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਹੁਣ ਉਹਨਾਂ ਦੀ ਮਦਦ ਕਰੀਏ? ਹਾਂ, ਤੂੰ ਮੇਰੇ ਨਾਲ ਵਾਅਦਾ ਕਰ ਕਿ ਸਾਨੂੰ ਨੌਕਰੀ ਮਿਲਣ ਤੋਂ ਬਾਅਦ ਅਸੀਂ ਰਾਣੀ ਦਾ ਵਿਆਹ ਵੀ ਕਰਾਂਗੇ ਅਤੇ ਉਹਦੇ ਘਰ ਵਾਲਿਆਂ ਦੀ ਮਦਦ ਵੀ ਕਰਾਂਗੇ। ਮੈਂ ਤੇਰੇ ਨਾਲ ਵਾਅਦਾ ਕਰਦਾ, ਆਪਾਂ ਰਾਣੀ ਦਾ ਵਿਆਹ ਰਲ ਮਿਲ ਕੇ ਕਰਾਂਗੇ, ਪੂਰੀ ਮਦਦ ਕਰਾਂਗੇ। ਚੱਲ ਸਾਨੂੰ ਬਲਕਾਰ ਦੀ ਮੌਤ ਦਾ ਬਹੁਤ ਦੁੱਖ ਹੈ, ਉਹ ਸਾਡੇ ਭਰਾਵਾਂ ਵਰਗਾ ਸੀ। ਹਾਂ ਪੁੱਤ, ਦੁੱਖ ਤਾਂ ਹੈ, ਮੇਰਾ ਤਾਂ ਜਾਂਦੀ ਉਮਰ ਲੱਕ ਤੋੜ ਗਿਆ ਉਹ। ਹਲੇ ਤਾਂ ਮੈਂ ਉਹਦੇ ਹੱਥਾਂ ਦੀ ਕਮਾਈ ਖਾਣੀ ਸੀ ਤੇ ਪ੍ਰਮਾਤਮਾ ਨੇ ਉਹਨੂੰ ਮੈਥੋਂ ਪਹਿਲਾਂ ਹੀ ਖੋਹ ਲਿਆ। ਅੰਕਲ ਜੀ, ਅਸੀਂ ਤੁਹਾਡੇ ਦਿਲ ਵਿੱਚ ਬਲਕਾਰ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ, ਪਰ ਇੰਨੀ ਗੱਲ ਜ਼ਰੂਰ ਹੈ ਜੇ ਪਰਮਾਤਮਾ ਨੇ ਤੁਹਾਡੇ ਕੋਲ ਇੱਕ ਪੁੱਤ ਖੋਇਆ ਤਾਂ ਤੁਹਾਨੂੰ ਦੋ ਦੇ। ਹਾਂ ਸ਼ੁਕਰ, ਦੋ ਦੇਤੇ ਆ, ਪਰ ਉਹਦਾ ਦੁੱਖ ਉਹਦੇ ਨਾਲ ਹੈ। ਜੇ ਪਰਮਾਤਮਾ ਨੇ ਉਹਨੂੰ ਮੈਥੋਂ ਖੋਣਾ ਸੀ ਤੇ ਪਹਿਲਾਂ ਰਾਣੀ ਨੂੰ ਤੋਰ ਜਾਂਦਾ। ਤੁਸੀਂ ਰਾਣੀ ਦਾ ਫਿਕਰ ਨਾ ਕਰੋ ਅੰਕਲ ਜੀ, ਇਹਦਾ ਵਿਆਹ ਅਸੀਂ ਬੜੀ ਧੂਮ ਧਾਮ ਨਾਲ ਕਰਾਂਗੇ। ਨਹੀਂ ਵੀਰ ਜੀ, ਤੁਸੀਂ ਇਹ ਗੱਲ ਨਾ ਬੋਲੋ, ਤੁਹਾਨੂੰ ਤੇ ਪਤਾ ਹੀ ਹੈ ਨਾ, ਪਹਿਲਾਂ ਸਾਨੂੰ ਮਾਂ ਛੱਡ ਕੇ ਚਲੀ ਗਈ ਤੇ ਹੁਣ ਵੀਰਾ ਵੀ ਸਾਨੂੰ ਕੱਲਿਆਂ ਛੱਡ ਕੇ ਤੁਰ ਗਿਆ, ਤੇ ਜੇ ਮੈਂ ਵਿਆਹ ਕਰਵਾ ਲਿਆ ਮੇਰੇ ਬਾਪੂ ਜੀ ਦਾ ਕੀ ਬਣੇਗਾ? ਕੀ ਬਣੇਗਾ, ਮੈਂ ਨਹੀਂ ਵਿਆਹ ਕਰਵਾ ਲਕਸ਼ਮੀ।
यार टोनी, रब करे सानू यह नौकरी जल्दी मिल जावे ते असी बलकार दे घर दी वी मदद कर सकी। हाँ यार, गल तां तेरी ठीक है शंकर, हुण तां साडा सब कुछ दाते लग गया, जे हुण भी सानू यह नौकरी ना मिली तां बहुत माड़ी गल। सत श्री अकाल सर जी। सत श्री अकाल। सत श्री अकाल शर्मा साहब जी, असी पैसे दा पूरा इंतजाम कर लिया, हुण भी सानू यह दसो कि सानू नौकरी ते कदों रखोगे? इंतजाम कर लिया के पैसे लेके भी आए हो? नहीं सर, तुसी सानू अपना अकाउंट नंबर दियो, असी पैसे कल तक तुहाडे अकाउंट विच जमा करवा देंगे, बस तुसी सानू नौकरी दी दवा करो। देखो, मैं पूरी कोशिश करूंगा काका जी कि तुहानू नौकरी मिल जाए, ठीक है? ते आ मेरा अकाउंट नंबर है, एदे विच तुसी पैसे जमा करा दियो ते मैं अगली कारवाई शुरू करा, ठीक है? बिल्कुल फिक्र ना करो शर्मा साहब जी, असी पैसे साडे जमा करवा दूंगे, ठीक है? ते तुसी मैनू इस विषय ते 30 तरीक तो बाद फोन करो, ठीक है? ठीक है जी। Thank you.
ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਉਹ ਨੌਕਰੀ ਦਾ ਕੀ ਬਣਿਆ ਸਾਡਾ ਜੀ? ਉਹੀ ਜਿਹੜਾ 5-5 ਲੱਖ ਰੁਪਈਆ ਦੇ ਕੇ ਗਏ ਸੀ ਜੀ। ਅੱਛਾ 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 ਤੁਸੀਂ ਲੇਟ ਬਹੁਤ ਹੋ। ਥੋੜ੍ਹੀ ਮਜਬੂਰੀ ਹੋ ਗਈ ਸੀ ਜੀ ਸਾਡੀ ਘਰ ਦੀ। ਦੇਖੋ ਨਾ, ਤੁਹਾਨੂੰ 30 ਤਰੀਕ ਦਿੱਤੀ ਸੀ, ਤੁਸੀਂ ਉੱਤੋਂ 2 ਮਿੰਟ ਪਾ ਕੇ। ਉਹ ਨਹੀਂ ਜੀ, ਮਜਬੂਰੀ ਪੈ ਗਈ ਜੀ ਥੋੜ੍ਹੀ ਜੀ, ਸਮਝੋ ਜੀ, ਕੋਈ ਕਰੋ ਹੱਲ ਸਾਡਾ। ਦੇਖੋ ਹੁਣ ਮੈਂ ਇਸ ਵਿੱਚ ਕੁਛ ਨਹੀਂ ਕਰ ਸਕਦਾ, ਬਸ ਇੱਕ ਮਸਲਾ ਹੋਰ ਹੋ ਸਕਦਾ ਵੀ 2-2 ਲੱਖ ਰੁਪਏ ਦਾ ਹੋਰ ਇੰਤਜ਼ਾਮ ਕਰੋ। 2 ਲੱਖ? ਨਹੀਂ ਜਨਾਬ, ਅਸੀਂ 2 ਲੱਖ ਰੁਪਈਆ ਹੋਰ ਨਹੀਂ ਕਰ ਸਕਦੇ। ਤੁਸੀਂ 2 ਲੱਖ ਦਾ ਇੰਤਜ਼ਾਮ ਕਰੋ, ਫਿਰ ਉਸ ਤੋਂ ਬਾਅਦ ਮੈਨੂੰ ਫੋਨ ਕਰਿਓ, ਬਿਨਾਂ ਵਜ੍ਹਾ ਮੈਨੂੰ ਫੋਨ ਤੇ ਪਰੇਸ਼ਾਨ ਨਾ ਕਰੋ। ਹਾਂ ਵੀ ਟੋਨੀ, ਕੀ ਕਿਹਾ ਸਾਹਿਬ ਨੇ? ਉਹ ਕਹਿਣਾ ਕੀ ਆ, ਸਾਲਾ 2-2 ਲੱਖ ਰੁਪਈਆ ਹੋਰ ਮੰਗਦਾ। ਯਾਰ ਟੋਨੀ, ਤੈਨੂੰ ਤਾਂ ਪਤਾ ਹੀ ਆ ਕਿ ਮੇਰੇ ਘਰੋਂ ਜੋ ਮਿਲਣਾ ਸੀ ਮੈਨੂੰ ਉਹ ਮਿਲ ਗਿਆ, ਹੁਣ ਮੈਂ 2 ਲੱਖ ਰੁਪਈਆ ਕਿੱਥੋਂ ਲਿਆਉਂਗਾ? ਮੇਰੇ ਵੀ ਤਾਂ ਇਹੀ ਹਾਲਤ ਆ। ਹਾਂ, ਇੱਕ ਹੱਲ ਹੋ ਸਕਦਾ, ਮੈਂ ਸਰਪੰਚ ਸਾਹਿਬ ਨਾਲ ਗੱਲ ਕਰਦਾ, ਸ਼ਾਇਦ ਕੋਈ ਗੱਲ ਬਣ ਜਾਏ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਓਏ ਆ ਵੀ ਟੋਨੀ, ਕੀ ਹਾਲ ਆ? ਹਾਲ ਕਹਦਾ ਸਰਪੰਚ ਸਾਹਿਬ, ਪਰੇਸ਼ਾਨੀ ਵਿੱਚ ਫਸੇ ਹੋ। ਪਰੇਸ਼ਾਨੀ? ਉਹ ਕਾਹਦੀ ਪਰੇਸ਼ਾਨੀ? ਓਏ ਸਰਪੰਚ ਸਾਹਿਬ, ਜਿਹੜੇ ਬੰਦੇ ਨੂੰ ਰੁਪਈਆ 5 ਲੱਖ ਦਿੱਤਾ ਸੀ ਨੌਕਰੀ ਵਾਸਤੇ, ਨਾ ਤਾਂ ਪੈਸੇ ਮੋੜਦਾ, ਨਾ ਨੌਕਰੀ ਲਈ ਹੱਥ ਪੱਲਾ ਫੜਾਉਂਦਾ। ਉਹ ਕਹਿੰਦਾ ਕੀ ਆ? 2 ਲੱਖ ਰੁਪਈਆ ਹੋਰ ਮੰਗਦਾ, ਮੈਂ ਸੋਚਿਆ ਤੁਹਾਡੇ ਕੋਲੋਂ ਥੋੜ੍ਹੀ ਮੋਟੀ ਮਦਦ ਹੋ ਜਾਵੇ। ਓਏ ਕਿਹੜੀ ਗੱਲ ਕੀਤੀ ਟੋਨੀ, ਤੂੰ ਤਾਂ ਭਾਵੇਂ 4 ਲੈ ਜਾ, ਤੁਸੀਂ ਫਿਕਰ ਨਾ ਕਰੋ ਸਰਪੰਚ ਸਾਹਿਬ, ਤਿਲ ਤਾਂ ਮੇਰਾ ਪਹਾੜ ਵਰਗਾ, ਬਸ ਇਹਦੀ ਘਾਟ ਸੀ ਉਹ ਵੀ ਪੂਰੀ ਹੋ ਗਈ। ਸ਼ੇਰ ਬਣ ਸ਼ੇਰ।
फिर साड़ा केस अदालत को गया तो अदालत ने मेरिया डिग्रियां वेख के मैनू नौकरी दे दी तो मेरे पैसे वापस दिते तो उस इंस्पैक्टर ने सस्पेंड कर दिता तो फिर ਹੁਣ ਹੁਕਮ ਕਰੋ ਕਿਹਦੀ ਦੌੜ ਬਣਾਉਣੀ ਆ ਉਹ ਵੀ ਦੱਸਾਂਗੇ ਮੈਂ ਕਰ
आराम कर। मैं कल्ला ही 10 साल की कैद करके आया। पूरे पिछों ब्याह भी करवा रहे।